ਹੈਲੋ, ਇਹ ਦੇਖੋ ਫਿਲਮ ਦੀਆਂ ਟਿਕਟਾਂ। ਓ ਸ਼ਹਿਜ਼ਾਦਾ, ਬੜੀ ਮਿਹਰਬਾਨੀ ਹੈ ਤੇਰੀ। ਮੈਂ ਸ਼ਾਮ ਨੂੰ ਕਿੰਨੇ ਕੁ ਵਜੇ ਲੈਣਾ ਵਾ ਫਿਰ? ਜਾਣ ਦਾ ਤਾਂ ਕੋਈ ਰੌਲਾ ਨਹੀਂ, ਪਰ ਮੇਰੀ ਇੱਕ ਸਹੇਲੀ ਆਈ ਆ ਬਾਹਰੋਂ, ਤੇ ਉਹਨੂੰ ਬੜਾ ਸ਼ੌਕ ਆ ਫਿਲਮਾਂ ਦੇਖਣ ਦਾ। ਜੇ ਉਹਦੇ ਵਾਸਤੇ ਇੱਕ ਟਿਕਟ ਹੋਰ ਮਿਲ ਜਾਂਦੀ ਤੇ। ਟਿਕਟ ਦੀ ਤਾਂ ਕੋਈ ਐਸੀ ਗੱਲ ਨਹੀਂ ਸੀ, ਪਰ ਮੈਨੂੰ ਲੱਭਣੀ ਨਹੀਂ। ਅੱਛਾ, ਪਰ ਮੈਂ ਉਹਨੂੰ ਕੱਲੀ ਨੂੰ ਘਰ ਤੇ ਨਹੀਂ ਨਾ ਛੱਡ ਕੇ ਜਾ ਸਕਦੀ। ਕੋਈ ਨੀ, ਤੁਸੀਂ ਜਾਓ, ਮੈਂ ਫਿਰ ਕਿਸ ਦਿਨ ਵੇਖ ਆਊਂਗਾ। ਦੱਸ, ਇਹ ਭਲਾ ਕਿੱਦਾਂ ਹੋ ਸਕਦਾ? ਓ ਫੇਰ ਕੀ ਹੋਇਆ? ਕਾਸ਼ੀ, ਤੂੰ ਕਿੰਨਾ ਚੰਗਾ ਵਾ। ਲੈ ਵਾਕਈ ਰਾਣਾ, ਮੈਂ ਜਾਵਾਂ ਫਿਰ। ਓਕੇ ਬਾਏ। ਲਓ ਜੀ, ਉਹ ਕੈਸੀ ਟੋਪੀ ਪਵਾ ਕੇ ਗਈ ਤੈਨੂੰ। ਵਾਹ, ਓਦਾਂ ਦਾ ਹੀ ਤੂੰ ਬੇਵਕੂਫ। ਅੱਜ ਦੇ ਦੌਰ ਚ ਏਦਾਂ ਦੀ ਕੁੜੀ ਸਹੀ ਰਹਿੰਦੀ ਹੈ। ਤੂੰ ਇੱਕ ਕੰਮ ਕਰ, ਅੱਜ ਤੂੰ ਮੇਰੇ ਨਾਲ ਚੱਲ, ਤੈਨੂੰ ਮੈਂ ਉੱਥੇ ਲੈ ਕੇ ਜਾਵਾਂਗਾ ਪੁੱਤ, ਜਿੱਥੇ ਜਾ ਕੇ ਤੈਨੂੰ ਅੱਖ ਚਮਕਣੀ ਭੁੱਲ ਜਾਊ। ਉੱਥੇ ਕੀ ਹੈ ਜੀ? ਤੇਰੇ ਵਰਗੇ ਨੇ ਤੇ ਬਾਹਰੋਂ ਹੀ ਅਗਲੇ ਕਹਿ ਦਿੰਦੇ ਆ, ਨਿਕਲ ਜਾ ਪੁੱਤ, ਤੂੰ ਕਿੱਧਰ ਆ ਗਏ? ਪਰ ਤੂੰ ਘਬਰਾਈ ਨਾ, ਮੈਂ ਤੇਰੇ ਨਾਲ ਆ, ਕੱਲ ਨੂੰ ਜਾਵਾਂਗੇ। ਠੀਕ ਆ, ਨਾ ਜਾ। ਪਰ ਤੈਨੂੰ ਨੀ ਨਾ ਪਤਾ ਬੇਟੇ, ਬਈ ਉੱਥੇ ਕਿਸ ਕਿਸਮ ਦੀਆਂ ਬਿਜਲੀਆਂ ਕੜਕਦੀਆਂ ਹੁੰਦੀਆਂ। ਓਏ ਕਾਸ਼ੀ, ਉਧਰ ਵੇਖ। ਤੂੰ ਠਹਿਰ, ਮੈਂ ਪੁੱਛਦਾ ਇਹਨੂੰ। ਮੈਂ ਆਪਣਾ ਅਕਾਊਂਟ ਖੁਲਾਉਣ ਆਈ ਹਾਂ ਜੀ। ਖੋਲ ਦਿੰਦੇ ਆ ਜੀ। ਵੈਸੇ ਤੁਸੀਂ ਬੜੇ ਕਿਸਮਤ ਵਾਲੇ ਜੇ ਕਿ ਰਾਣੇ ਨੂੰ ਮਿਲ ਪਏ ਹੋ। ਇਹ ਫੜਨਾ ਜ਼ਰਾ ਇੱਕ ਮਿੰਟ। ਲਿਆਓ ਜੀ, ਜੋ ਹੁਕਮ ਸਰਕਾਰ ਦਾ। ਮਿਹਰਬਾਨੀ, ਤੁਸੀਂ ਅਕਾਊਂਟ ਖੋਲਣ ਚ ਮੇਰੀ ਕੁਛ ਮਦਦ ਕਰੋਗੇ?